हेलो नमस्ते सत श्रीकाल आप दोस्तों, मैं थोड़ा दोस्त हरदीप दुआ। सो दोस्तों पहुंचे स्मार्ट सिटी लुधियाना दे SBS नगर दे सब तो फेमस यानी कि गल्फ मेकओवर यूनिसेक्स सैलून दे विच, जिसनूं तुहानूं दस के बहुत ज़्यादा खुशी और माण हो रहा है कि तकरीबन एक साल तो ज़्यादा समा होने वाला है कुछ ही दिनों बाद, क्योंकि अगले हफ्ते यानी कि अपकमिंग संडे नूं इन्हां दी एनिवर्सरी है जी। सब तो पहला तो मैं मुबारक देना और मैडम का वेलकम करता जी जन्मदिन। सत श्रीकाल मैडम, कहता हूँ सत श्रीकाल जी। वधिया हरदीप जी, तुसीं दस्सो उन्हां प्यारा जिहा नाम दस्सो की नाम है। मीरू जैसवाल। सो अगर गल करिए सब तो मुबारक जी, तो साल जो पूरा एनिवर्सरी आने वाली कि लग रहा है? बहुत वधिया फील हो रहा है, मैं बहुत हैप्पी फील कर रही हूँ। और इसी फर्स्ट एनिवर्सरी असं इतने ईवेंट कर रहे हैं जिद क्लाइंट नो फ्री हेयर वॉश प्लस क्या कहें फ्री क्लाइंट्स को गिफ्ट दे रहे हैं शैम्पू कंडीशनर से। ਇਹ ਜਿਹੜੇ ਤੁਸੀਂ ਸ਼ੈਂਪੂ ਕਰਾ ਰਹੇ ਹੋ, ਕੰਡੀਸ਼ਨਰ ਕਰਾ ਰਹੇ ਹੋ, ਫ੍ਰੀ ਹੇਅਰ ਵਾਸ਼ ਕਰਾ ਰਹੇ ਹੋ, ਇਹ ਤੁਸੀਂ ਆਪਣੇ ਕਲਾਇੰਟਸ ਨੂੰ ਦੇ ਰਹੇ ਹੋ? ਸਾਡੇ ਵੀ ਜਿਹੜੇ ਵਿਊਅਰਸ ਦੇਖ ਰਹੇ ਉਹ ਵੀ ਆ ਸਕਦੇ ਤੁਹਾਡੀ ਗੱਲ ਸੁਣ? ਨਹੀਂ ਨਹੀਂ, ਇੱਦਾਂ ਦਾ ਕੁਛ ਨਹੀਂ ਹੈਗਾ, ਕੋਈ ਵੀ ਆ ਸਕਦਾ ਇੱਥੇ। ਕਿਸੇ ਲਈ ਕੋਈ ਪਾਰਟੀਕੁਲਰ ਨਹੀਂ ਹੈਗਾ ਕਿ ਸਪੈਸ਼ਲੀ ਸਾਡੇ ਕਲਾਇੰਟਸ ਨੇ ਕਰਾਉਣਾ, ਜੋ ਵਿਊਅਰਸ ਦੇਖ ਰਹੇ ਨੇ ਜਾਂ ਕੋਈ ਵੀ ਬਾਹਰੋਂ ਉਸ ਦਿਨ ਆ ਕੇ ਕਰਵਾ ਸਕਦਾ ਹੈ। ਕਿਸੇ ਲਈ ਕੋਈ ਮਨਾ ਹੀ ਨਹੀਂ, ਕੋਈ ਰੋਕ ਚਾਰਜਸ ਨਹੀਂ ਲਓਗੇ? ਨਹੀਂ, ਫ੍ਰੀ ਆਫ ਕਾਸਟ। ਪੱਕੀ ਗੱਲ ਹੈ? ਪੱਕੀ ਗੱਲ ਹੈ ਜੀ। ਵੈਸੇ ਅੱਗੇ ਪਿੱਛੇ ਕਿੰਨੇ ਚਾਰਜਸ ਹੁੰਦੇ ਹੇਅਰ ਵਾਸ਼ ਦੇ? ਹੇਅਰ ਵਾਸ਼ ਦਾ 200 ਹੁੰਦਾ ਲੇਡੀਜ਼ ਦਾ ਔਰ ਜੈਂਟਸ ਦਾ ਹੁੰਦਾ 70 ਰੁਪੀਸ। ਔਰ ਉਸ ਤੋਂ ਬਾਅਦ ਕੰਡੀਸ਼ਨਰ ਦੇ? कंडीशनर ਵਿੱਚ ਇਨਕਲੂਡ, ਆਬਵੀਅਸਲੀ ਜੇ ਤੁਸੀਂ ਸ਼ੈਂਪੂ ਕਰਾਂਗੇ ਤਾਂ ਕੰਡੀਸ਼ਨਰ ਇਨਕਲੂਡ ਹੀ ਹੋਊਗਾ। ਠੀਕ ਹੈ। ਨਹੀਂ, ਕੁਝ ਪਰਸਨ ਮਾਸਕ ਵੀ ਲਵਾ ਲੈਂਦੇ ਨੇ? ਨਹੀਂ ਨਹੀਂ, ਉਹ ਦੇਖੋ ਚਾਹੇ ਕੰਡੀਸ਼ਨਰ ਕਰਵਾਉਣ ਮਾਸਕ ਕਰਾਉਣ ਉਹ ਇਨਕਲੂਡ ਹੁੰਦਾ ਵਾਸ਼ ਦੇ ਵਿੱਚ। ਹਾਂਜੀ ਹਾਂਜੀ, ਠੀਕ ਹੈ। ਸੋ ਦੋਸਤੋ ਸਭ ਤੋਂ ਵੱਡੀ ਗੱਲ ਹੈ ਵੇ, ਤੁਹਾਡੇ ਵਾਸਤੇ ਖਾਸ ਤੌਰ ਖੁਸ਼ਖਬਰੀ ਹੈਗਾ, ਤੁਸੀਂ ਸ਼ਹੀਦ ਭਗਤ ਸਿੰਘ ਦੇ ਨੇੜੇ ਤੇੜੇ ਰਹਿੰਦੇ ਹੋ ਜਾਂ ਤੁਹਾਡਾ ਕਦੀ ਵੀ ਇੱਥੇ ਲੰਘਾ ਹੋਇਆ ਅਪਕਮਿੰਗ ਸੰਡੇ ਨੂੰ, ਅਤੇ ਉਸ ਸਮੇਂ ਦੇ ਵਿੱਚ ਤੁਸੀਂ ਜਿਹੜਾ ਹੈਗਾ ਵੈ ਫ੍ਰੀ ਆਫ ਕੋਸਟ ਜਿਹੜਾ ਵੈ ਇੱਥੇ ਆ ਕੇ ਆਪਣੇ ਹੇਅਰ ਵਾਸ਼ ਔਰ ਕੰਡੀਸ਼ਨਰ ਕਰਵਾ ਸਕਦੇ ਹੈਗੇ ਹਾਂ। ਸੋ ਫਾਈਨਲੀ ਆਪਾਂ ਅੱਗੇ ਵੱਧਦੇ ਔਰ ਜਾਣਦੇ ਹਾਂ ਕਿ ਅਪਕਮਿੰਗ, ਤੁਹਾਨੂੰ ਪਤਾ ਕਿ ਅਗਲੇ ਹਫ਼ਤੇ ਜਾਂ ਅਗਲੇ ਮਹੀਨੇ ਰਕਸ਼ਾਬੰਧਨ ਦਾ ਬਹੁਤ ਹੀ ਸੋਹਣਾ ਤਿਉਹਾਰ ਆ ਰਿਹਾ। ਸੋ ਬਹੁਤ ਸਾਰੇ ਫੈਸਟੀਵਲਸ ਨੂੰ ਦੇਖਦੇ ਹੋਏ ਕੀ ਔਫਰਸ ਇੱਥੇ ਰੱਖੇ ਗਏ ਆ, ਆਓ ਗੱਲ ਕਰਦੇ ਹਾਂ। ਅਤੇ ਹੁਣ ਤੁਹਾਨੂੰ ਪਤਾ ਰਕਸ਼ਾਬੰਧਨ ਦਾ ਫੈਸਟੀਵਲ ਜਿਹੜਾ ਅਗਲੇ ਮਹੀਨੇ ਆ ਚੁੱਕਿਆ ਹੈਗਾ, ਕੀ ਔਫਰਸ ਰੱਖਿਆ ਤੁਸੀਂ ਲੁਧਿਆਣਾ ਵਾਸੀਆਂ? ਦੇਖੋ, ਜਿਹੜਾ ਰੱਖੜੀ ਦਾ ਫੈਸਟੀਵਲ ਹੈ ਸਪੈਸ਼ਲੀ ਸਿਸਟਰਸ ਔਰ ਬ੍ਰਦਰਲੀ ਹੁੰਦਾ, ਤਾਂ ਹਰ ਇੱਕ ਸਿਸਟਰ ਨੂੰ ਹੁੰਦਾ ਹੈ ਕਿ ਮੈਂ ਉਸ ਦਿਨ ਬੈਸਟ ਦੇਖਾਂ। ਬੈਸਟ ਤਾਂ ਹਰ ਕੋਈ ਹੁੰਦਾ, ਬਟ ਫਿਰ ਵੀ ਉਹ ਇਸ ਚੀਜ਼ ਲਈ ਅਸੀਂ ਸਪੈਸ਼ਲੀ ਇੱਕ ਪੈਕੇਜ ਨਿਕਲਿਆ। ਨੋਰਮਲੀ ਅਗਰ ਉਹ ਪੈਕੇਜ ਹੋਵੇ ਅਸੀਂ 5000 ਵਿੱਚ ਦਿੰਦੇ ਹਾਂ, ਅਗਰ ਰੈਗੂਲਰ ਸਾਡੇ ਕੋਲ ਕਸਟਮਰ ਆ ਕੇ ਕਰਵਾਉਂਦਾ ਹੈ। ਬਟ ਸਪੈਸ਼ਲੀ ਜੋ ਫੈਸਟੀਵਲ ਹੈਗਾ ਰੱਖੜੀ ਦਾ, ਉਹਦੇ 'ਤੇ ਇਹ ਪੈਕੇਜ ਅਸੀਂ ਸਿਰਫ 999 'ਚ ਦੇ ਰਹੇ ਹਾਂ, ਚਾਹੇ ਉਹ ਮਦਰਸ ਆਣ ਜਾਂ ਫਿਰ ਕਾਲਜ ਗੋਇੰਗ ਗਰਲਸ ਆਣ ਜਾਂ ਟੀਨੇਜਰਸ ਆਣ, ਕੋਈ ਵੀ ਆਵੇ, ਇਹਦੇ ਲਈ ਕੋਈ ਅਲੱਗ ਅਲੱਗ ਚਾਰਜਿਸ ਨਹੀਂ ਹੈਗੇ, ਸਭ ਲਈ ਸੇਮ ਕੋਸਟ ਹੈ।